ਸੋਸਾਇਟੀ ਦੇ ਅੰਮ੍ਰਿਤਸਰ ਚੈਪਟਰ ਵੱਲੋਂ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਦੀ ਅਗਵਾਈ ਹੇਠ 7 ਲੜਕੀਆਂ ਦੇ ਵਿਆਹ ਕਰਵਾਏ ਗਏ। ਇਹਨਾਂ ਲੜਕੀਆਂ ਦੇ ਆਨੰਦ ਕਾਰਜ ਗੁਰਦੁਆਰਾ 6ਵੀਂ ਪਾਤਸ਼ਾਹੀ ਰਣਜੀਤ ਐਵਨਿਊ ਵਿਖੇ ਕਰਵਾਏ ਗਏ। ਇਹਨਾਂ ਲੜਕੀਆਂ ਨੂੰ ਜ਼ਰੂਰਤ ਦਾ ਸਮਾਨ ਵੀ ਦਿੱਤਾ ਗਿਆ। ਆਨੰਦ ਕਾਰਜ ਸਮੇਂ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਨਵੇਂ ਵਿਆਹ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਤੇ ਹਸਪੀਟਲ ਵੈਲਫੇਅਰ ਸੈਕਸ਼ਨ ਅਤੇ ਇਨਰ ਵੀਲ ਕਲੱਬ ਦੀਆਂ ਮੈਂਬਰਾਂ ਨੇ ਵੀ ਹਿੱਸਾ ਲਿਆ। ਸੱਤ ਬੱਚੀਆਂ ਸੀਗੀਆਂ ਸਵੀਆਂ ਦੀ ਨਾਰਾਇਣ ਕੀਰਤਨ ਦੀਆਂ, ਉਹਨਾਂ ਦੀ ਅੱਜ ਸ਼ਾਦੀ ਕੀਤੀ ਗਈ ਹੈ ਜੀ। ਤੋ 7 ਜੋੜਿਆਂ ਦੇ ਅੱਜ ਆਨੰਦ ਕਾਰਜ ਹੁਣੇ ਸੰਪੰਨ ਹੋ ਕੇ ਹਟੇ ਆ ਜੀ। ਜੀ ਇਹ ਸਾਡੀ ਲੋੜ ਹੈ ਜੀ, ਜੇ ਕੋਈ ਇਸ ਤਰ੍ਹਾਂ ਦੀ ਬੱਚੀਆਂ ਹਨ ਜਿਨ੍ਹਾਂ ਦਾ ਪਰਿਵਾਰ ਜਾਂ ਉਹਨਾਂ ਨੂੰ ਕੋਈ ਸੰਭਾਲਣ ਵਾਲਾ ਸਪੋਰਟ ਕਰਨ ਵਾਲਾ ਨਹੀਂ ਹੈ, ਤਾਂ ਅਸੀਂ ਸਾਰੇ ਸਮਾਜ ਦਾ ਫਰਜ਼ ਬਣਦਾ ਜੀ ਸਾਡਾ ਸਾਰਿਆਂ ਦਾ ਔਰ ਸਰਕਾਰ ਦਾ ਕਿ ਅਸੀਂ ਉਹਨਾਂ ਦੀ ਸਪੋਰਟ ਕਰੀਏ ਜੀ ਔਰ ਉਹਨਾਂ ਨੂੰ ਆਪਣੇ ਗ੍ਰਸਤੀ ਜੀਵਨ ਦੇ ਵਿੱਚ ਸ਼ੁਰੂ ਕਰਨ ਵਾਸਤੇ ਉਹਨਾਂ ਦੀ ਮਦਦ ਕਰੀਏ ਜੀ। ਇਸ ਤਰ੍ਹਾਂ ਜੀ ਇਹ ਨੀਡ ਬੇਸਡ ਹੁੰਦਾ ਜੀ, ਇਹ ਕੋਈ ਇਹਦਾ ਕੋਈ ਟਾਰਗੇਟ ਨਹੀਂ ਹੁੰਦਾ ਕਿ ਇੰਨੇ ਕਰਨੇ ਆ ਜੀ। ਜੇ ਅੱਜ 7 ਬੱਚੀਆਂ ਨੂੰ ਲੋੜ ਸੀਗੀ ਜੀ ਤਾਂ ਅੱਜ 7 ਬੱਚੀਆਂ ਦੀ ਕੀਤੀ ਗਈ ਹੈ ਜੀ। ਜੇ ਇਹਨਾਂ ਦੀ ਜਗ੍ਹਾ 6 ਦੀ ਹੁੰਦੀ ਤਾਂ 6 ਕਰਦੇ ਜੀ, ਇਹ 9 ਹੁੰਦੀਆਂ ਤਾਂ 9 ਕਰਦੇ ਜੀ। ਸੋ ਜੇ ਕੋਈ ਵੀ ਇਸ ਤਰ੍ਹਾਂ ਦੇ ਬੱਚੀਆਂ ਆਉਂਦੀਆਂ ਹੈਗੀਆਂ ਜੀ ਧਿਆਨ ਦੇ ਵਿੱਚ, ਉਹ ਸਾਰਿਆਂ ਦੀ ਜਿਹੜਾ ਹੈਗੀ ਆ ਉਹ ਸ਼ਾਦੀ ਕਰਾਈ ਜਾਂਦੀ। ਸਿੱਖ ਜੀ ਜਿਹੜੀਆਂ ਘਰ ਦੀ ਸ਼ੁਰੂਆਤ ਕਰਨ ਦੇ ਲਈ ਕੋਈ ਬਰਤਨ ਬਿਸਤਰੇ ਮਿਨੀਮਮ ਫਰਨੀਚਰ ਚੈੱਕ ਵੀ ਦਿੱਤਾ ਗਿਆ ਜੀ ਬੱਚੀਆਂ ਨੂੰ ਔਰ ਲੜਕਿਆਂ ਨੂੰ ਕੈਸ਼ ਉਹ ਵੀ ਦਿੱਤਾ ਗਿਆ, ਸਾਰਾ ਕੁਝ ਦਿੱਤਾ ਗਿਆ ਜੀ ਔਰ ਤਾਂ ਕਿ ਆਪਣਾ ਗ੍ਰਸਤੀ ਜੀਵਨ ਸੁੱਖ ਸ਼ਾਂਤੀ ਨਾਲ ਸ਼ੁਰੂ ਪੈਣਾ ਚਾਹੀਦਾ ਜੀ। ਬਿਲਕੁਲ ਪਏਗਾ ਜੀ, ਕਿਉਂ ਨਹੀਂ ਪਏਗਾ, ਕਿਉਂਕਿ ਦੇਖੋ ਜੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜੇ ਕੋਈ ਬੱਚੀ ਐਸੀ ਵੀ ਕਿਤੇ ਅਨਫੋਰਚੁਨੇਟਲੀ ਪਰਮਾਤਮਾ ਨਾ ਕਰੇ ਜਿਸ ਦੀ ਕੋਈ ਪਰਿਵਾਰ ਨਾ ਹੋਵੇ ਨਾ ਉਹਨਾਂ ਦੀ ਪਾਲਣ ਪੋਸ਼ਣ ਕਰਨ ਵਾਲਾ ਹੋਵੇ, ਉਹਨਾਂ ਨੂੰ ਵੀ ਇੱਜ਼ਤ ਦੇ ਨਾਲ ਬਕਾਇਦਾ ਸਾਰੀ ਮਰਿਆਦਾ ਦੇ ਨਾਲ ਉਹਨਾਂ ਦੇ ਜਿਹੜਾ ਗ੍ਰਸਤੀ ਜੀਵਨ ਸ਼ੁਰੂ ਕਰਨ ਦੇ ਵਿੱਚ ਸਰਕਾਰ ਰੈੱਡ ਕਰੋਸ ਔਰ ਸਮਾਜ ਸਾਰਾ ਇਕੱਠੇ ਹੋ ਕੇ ਉਹਨਾਂ ਦੀ ਮਦਦ ਵਾਸਤੇ ਖੜੇ ਹੈਗੇ ਆ, ਉਹਨਾਂ ਨੂੰ ਇਕੱਲੇ ਆਪਣੇ ਆਪ ਨੂੰ ਸਮਝਣ ਦੀ ਲੋੜ ਨਹੀਂ ਹੈਗੀ ਆ। 7 ਲੜਕੀਆਂ ਨਾਰੀ ਨਿਕੇਤਨ ਦੀਆਂ, ਉਹਨਾਂ ਦੀ ਸ਼ਾਦੀ ਹੋ ਰਹੀ ਹੈ, ਜਿਨ੍ਹਾਂ ਦਾ ਅੱਗਾ ਪਿੱਛਾ ਕੋਈ ਨਹੀਂ, ਉਹ ਨਾਰੀ ਨਿਕੇਤਨ 'ਚ ਰਹਿੰਦੀਆਂ ਸੀ। ਇਨਰ ਵੀਲ ਅੰਮ੍ਰਿਤਸਰ ਰਾਈਜ਼ਿੰਗ ਸਨ ਨੇ ਮਿਲ ਕੇ ਉਹਨਾਂ ਦਾ ਵਿਆਹ ਕਰਨ ਦਾ ਚੁੱਕਿਆ ਸੀਗਾ ਬੀੜਾ, ਅਸੀਂ ਉਹ ਅੱਜ ਵਿਆਹ ਪੂਰਾ ਕਰਵਾ ਰਹੇ। ਅਸੀਂ ਉਹਨਾਂ ਨੂੰ ਪੂਰਾ ਦਹੇਜ ਦਿੱਤਾ ਜੀ, ਸੱਸ ਦੇ ਕੱਪੜਿਆਂ ਤੱਕਣ ਦਿੱਤੇ ਆ, ਗਰਮ ਕੱਪੜੇ, ਠੰਡੇ ਕੱਪੜੇ, ਰਸੋਈ ਦਾ ਸਮਾਨ, ਬਰਤਨ, ਜੋ ਵੀ ਇੱਕ ਘਰ ਵਿੱਚ ਚੀਜ਼ ਚਾਹੀਦੀ ਹੁੰਦੀ ਹੈ, ਇੱਕ ਤਵਾ ਛੱਡ ਕੇ ਅਸੀਂ ਸਾਰਾ ਕੁਛ ਦਿੱਤਾ ਉਹਨਾਂ ਨੂੰ।